ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ 'ਚ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ। ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਸੇਖੂਪੁਰਾ, ਤਹਿਸੀਲ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ, ਨੰਬਰਦਾਰ ਜੀ ਉਹਨਾਂ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਸੂਈਆਂ ਮੱਝਾਂ ਅਤੇ 2 ਜਰਸੀ ਕਰੋਸ ਗਾਵਾਂ ਤੁਹਾਨੂੰ ਜਿਹੜੀਆਂ ਸੂਈਆਂ ਤੁਹਾਨੂੰ ਦਿਖਾਉਣੀਆਂ, ਦੁੱਧ ਵੀ ਜਿੰਨਾ ਕੁ ਚੰਗਾ ਤਿਆਰ ਆ, ਸਾਰੀਆਂ ਦੇ ਸਾਰੀਆਂ ਸੂਈਆਂ ਸਵਾਈਆਂ, ਸਾਰੀਆਂ ਦੇ ਬੱਚੇ ਆ, 5 ਹੀ ਪਸ਼ੂ ਆ ਅਤੇ 5 ਹੀ ਬੱਚੇ। ਹਾਂਜੀ ਨੰਬਰਦਾਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਗੁਰਪ੍ਰੀਤ ਜੀ, ਹੋਰ ਸੁਣਾਓ ਠੀਕ ਠਾਕ ਜੀ? ਹਾਂ ਵਧੀਆ ਜੀ ਵਧੀਆ, ਤੁਸੀਂ ਸੁਣਾਓ? ਸਭ ਠੀਕ ਠਾਕ ਜੀ। ਅਤੇ ਨਾਮ ਦੱਸ ਦਿਆ ਕਰੀ ਆਪਣਾ। ਨਾਮ ਜਸਪਾਲ ਸਿੰਘ, ਨੰਬਰਦਾਰ ਪਿੰਡ ਸ਼ੇਖਪੁਰ ਕਲਾਂ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਠੀਕ ਹੈ ਜੀ। ਅਤੇ ਰੋਡ ਦੇ ਬਿਲਕੁਲ ਉੱਪਰ ਹੀ ਆ ਨਾ? ਹਾਈਵੇ ਦੇ ਉੱਤੇ ਜੀ। ਹਾਈਵੇ ਦੇ ਉੱਪਰ ਹੀ ਆ, ਨੈਸ਼ਨਲ ਹਾਈਵੇ ਜਿਹੜਾ ਅੰਮ੍ਰਿਤਸਰ ਤੋਂ ਪਠਾਨਕੋਟ ਨੂੰ ਸਿੱਧਾ ਚੱਲ ਜਾਂਦਾ, ਜੰਮੂ ਵਾਲਾ ਰੋਡ ਆ ਜਿਹੜਾ, ਹੈ ਨਾ? ਅਤੇ ਜੈਂਤੀਪੁਰ ਅੱਡਾ ਬਿਲਕੁਲ ਨਾਲ? ਬਿਲਕੁਲ ਨਾਲ ਜੀ। ਠੀਕ ਹੈ। ਜੈਂਤੀਪੁਰ ਅੰਮ੍ਰਿਤਸਰ ਜ਼ਿਲ੍ਹੇ 'ਚ ਪੈ ਜਾਂਦਾ ਅਤੇ ਤੁਹਾਡਾ ਗੁਰਦਾਸਪੁਰ ਜ਼ਿਲ੍ਹੇ 'ਚ ਪੈ ਜਾਂਦਾ, ਅਤੇ ਬਿਲਕੁਲ ਹੈ ਦੋਵੇਂ ਨਾਲ ਨਾਲ ਹੀ, ਹੈ ਨਾ? ਠੀਕ ਹੈ। ਉਹਨਾਂ ਕੀ ਤੁਹਾਨੂੰ ਕਹਿਣ ਦਾ ਮਤਲਬ ਕਿ ਉਹਨਾਂ ਕੀ ਗੁਰਦਾਸਪੁਰ ਹੋਣਾ ਅਤੇ ਉਹਨਾਂ ਕੀ ਅੰਮ੍ਰਿਤਸਰ ਹੋਣਾ ਵਾ? ਨਹੀਂ ਗੁਰਦਾਸਪੁਰ ਵਧਿਆ। ਅੱਛਾ ਗੁਰਦਾਸਪੁਰ ਵਧਿਆ, ਬਟਾਲਾ ਲਾਗੇ, ਬਟਾਲਾ ਲਾਗੇ, ਬਟਾਲਾ ਵੀ ਲਾਗੇ, ਹੈ ਨਾ? ਠੀਕ ਆ। ਅਤੇ ਚਲੋ ਫੋਨ ਨੰਬਰ ਵੀ ਬੋਲਦੇ ਇੱਕ ਵਾਰੀ। 9722076। ਠੀਕ ਆ। ਅਤੇ ਅੱਜ ਫਿਰ 2 ਗਾਵਾਂ ਦਾ 3 ਮੱਝ, ਹੈ ਨਾ? ਪਹਿਲਾਂ ਫਿਰ ਆ ਗਾਂ ਤੋਂ ਸ਼ੁਰੂਆਤ ਕਰ ਲਈਏ। ਕਿੰਨਾ ਚਿਰ ਹੋ ਗਿਆ ਜਿੰਨਾ ਸੂਈ ਨਾ? ਕੀ ਜੀ ਮਗਰ? ਮਗਰ ਵੀ ਜਰਸੀ ਵੱਛੀ ਆ ਅਤੇ ਆਪ ਵੀ ਜਰਸੀ ਆ ਗਾਂ। ਅਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ? ਦੁੱਧ ਤੇ ਇਹ ਵਕਤ ਥੱਲੇ 22-23 ਲੀਟਰ ਆ ਤਿਆਰ ਜਿਹੜਾ ਬਿਲਕੁਲ। ਹਾਂਜੀ, ਤੇ ਪਰ 20 ਲੀਟਰ ਦੇ ਦੇਣੀ ਹੈ। ਅੱਛਾ, 20 ਲੀਟਰ ਜਿਹੜਾ ਬਿਲਕੁਲ ਕੰਡੇ ਤੇ ਚਾੜ ਕੇ ਕਰ ਦੋ। ਬਟਾਲਾ ਲਾਵੇ ਭਾਵੇਂ ਜਿੱਦਾਂ ਮਰਜੀ, ਜੇ ਲੀਟਰ ਨਾ ਮਿਲਣਾ ਉਹ ਫਿਰ 22-23 ਮਿਲਿਆ ਜੋ 24 ਹੋਵੇ ਭਾਵੇਂ। ਹਾਂ ਦੇਖ ਸਕਦੇ ਜੇ ਹਵਾਨਾ ਹੈ। ਟਾਈਮ ਕਿ ਹੋਵੇ ਭਾਵੇਂ ਖੜੇ ਬੰਦੇ। ਅੱਛਾ ਠੀਕ ਹੈ, ਖੋਲੋ ਹਾਂ ਫਿਰ ਤੋਰ ਦੀ। ਚੰਗੇ ਖੁੱਲੇ ਹਵਾਨੇ ਦੀ ਮਾਲਕ ਆ ਜਿਹੜੀ। ਐ ਠੰਡੀ ਧੀਰੀ ਕੋ ਰੱਸੀ ਨਹੀਂ ਪਾਉਣੀ ਕੋ ਖਰਾਬ। ਠੀਕ ਆ। ਤੇ ਬਾਕੀ ਇਹਦਾ ਦੁੱਧ ਵੀ ਸੰਘਣਾ ਨਾ? ਦੁੱਧ ਵੀ ਸੰਘਣਾ ਜੀ। ਦੁੱਧ ਵੀ 4 ਫੜ ਤੋਂ ਉੱਪਰ ਹੀ ਹੁੰਦੀ ਖੜ ਜੀ। ਠੀਕ ਹੈ ਜੀ। ਬਾਕੀ ਥੱਲਿਆਂ ਚੰਗੇ ਖੁੱਲੇ ਹਵਾਨੇ ਦੀ ਮਾਲਕ ਹੈ ਜਿਹੜੀ। ਤੇ ਥਣਾਂ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ, ਤੇ ਮਿਲਕ ਮੈਨ ਵੀ ਕਾਫੀ ਮੋਟੀ ਜਿਹੜੀ ਲੱਗੀ ਇਹਦੀ। ਤੇ ਕਿੰਨਾ ਫਿਰ ਇਹਦਾ ਮੁੱਲ ਰੱਖਣਾ ਜੀ? ਮੁੱਲ ਇਹਦਾ ਜਿੰਨਾ ਦੁੱਧ ਹੈ ਤਾਂ ਜਿੱਡੀ ਗਾਈ ਹੈ ਨਾ ਜੀ, ਹਾਂਜੀ, ਸਾਡਾ ਦੂਜਾ ਸੁਆ ਵਿਹੜਿਆ, ਹਾਂਜੀ, ਤੇ ਮੁੱਲ ਤਾਂ ਭਾਵੇਂ ਇਹਦਾ 75,000 ਕਰ ਲਓ ਤਾਂ ਵੀ ਮਤਲਬ ਵੀ ਜਸਦਾ ਵਾ, ਹਾਂਜੀ, ਤੇ ਪਰ ਅਸੀਂ ਜਿਹੜੀ ਹਾਂ ਨਾ 60,000 ਦੀ ਦੇਣੀ ਹੈ ਜੀ। 60,000 ਦੀ ਦੇ ਦੇਣੀ, ਵਿੱਚ ਛੋੜ ਹੋਈ 60,000 ਚ ਚਲੋ ਛੋੜ ਮੌਕੇ ਤੇ ਜੋ ਕੋ ਫੋਨ ਲਾਵੇ ਇੱਕ ਕਰੀ, ਹੈ ਨਾ? ਠੀਕ ਹੈ ਜੀ। ਤੇ ਹੁਣ ਝੋਟੀ ਜਿਹੜੀ ਤੁਹਾਨੂੰ ਦਿਖਾਉਣੀ ਆ, ਛੋਟੇ ਸਿੰਘ ਦੀ, ਸੋਹਣੇ ਸਿੰਘ ਦੀ ਮਾਲਕ ਆ। ਪਹਿਲੇ ਸੂਏ ਦੀ, ਪਹਿਲੇ ਸੂਏ ਜੀ। ਅੱਛਾ ਪਹਿਲਾ ਹੀ ਸੂਆ ਆ? ਪਹਿਲਾ ਸੂਆ। ਤੇ ਕਿੰਨਾ ਚਿਰ ਹੋਇਆ ਇਹਨੂੰ ਸੂਈ ਨੂੰ? ਇਹਨੂੰ ਸੂਈ ਨੂੰ ਬੱਚਾ ਵੇਖ ਲਓ 7-8 ਦਾ ਜੀ। ਆਹ ਬੱਚਾ ਜਿਹੜਾ ਲੋਹਾ ਬੱਚਾ? ਉਹ ਪਰ ਲੋਹਾ ਬੱਚਾ ਜੀ। ਅੱਛਾ ਆਹ ਬੱਚਾ ਜੀ, ਹਾਂਜੀ ਹਾਂਜੀ, ਆਹ ਬੱਚਾ ਜੀ ਆਪਣੇ ਸਮਝਣਾ ਵੇਖ ਲਿਆ ਕੋਈ ਚੀਜ਼ ਜੀ? ਮਗਰ ਕੱਟਾ ਜੀ, ਕੱਟਾ। ਅੱਛਾ ਮਗਰ ਇਹਦੇ ਕੱਟਾ ਆ, ਤੇ ਆਹ ਹਵਾਨਾ ਵੀ ਫਿਕਸ ਜਿਹਾ ਆਰਡਰ ਆ। ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ? ਦੁੱਧ ਥੱਲੇ 11 ਲੀਟਰ ਹੈ ਜੀ। ਚਵਾਜੂ ਓਕੇ ਪੂਰਾ? ਹਾਂਜੀ ਹਾਂਜੀ, ਪਰ ਅਸੀਂ 10 ਲੀਟਰ ਲਾਉਂਦੇ ਜੀ। ਚਲੋ ਲਾ ਦਿਓ ਬੱਚਾ, ਛੱਡੋ ਫਿਰ।
ਅੱਛਾ 10 ਲੀਟਰ ਜਿਹੜਾ ਪੱਕਾ ਚਵਾ ਕੇ ਦੋਗੇ, ਵਧੂਗੀ ਦੁੱਧ ਹੋਰ? ਬਿਲਕੁਲ ਠੰਡਾ ਜਿਹੜਾ ਹਨਾ, ਤੋਰੋ ਹਾਂ ਫੇਰ ਇੱਕ ਵਾਰੀ। ਹਾਂਜੀ ਹਾਂਜੀ 10 ਲੀਟਰ ਦੁੱਧ ਇਹਦੇ ਕੋਲ ਤਿਆਰ ਆ ਪੂਰਾ, ਤੇ ਪਹਿਲਾ ਸੂਆ ਝੋਟੀ ਸੂਈ ਆ ਜਿਹੜੀ। ਬਾਕੀ ਥਾਣਾ ਦਾ ਸਾਈ ਗੈਪ ਜਿਹਨੇ ਚੰਗੇ ਚਵਾਏ ਤਾਂ ਕਹਿੰਦੇ ਕਿ ਤੁਹਾਨੂੰ ਹੁਣ ਦਿਖਾ ਦਿੰਦੇ ਬੱਚਾ ਲਾ ਕੇ। ਹਾਂ ਦੇਖਣ ਦੇ ਬਿਲਕੁਲ ਸੋਹਣੇ ਚਿਹਰੇ ਦੀ ਮਾਲਕ ਆ ਜਿਹੜੀ। ਚਲੋ ਛੱਡੋ ਬੱਚਾ ਫਿਰ ਚਵਾ ਦਿਖਾ ਦਈਏ ਤਾਂ। ਹਾਂ ਕੱਟਾ ਜਿਹੜਾ ਜਿਹੜਾ ਆ ਥਾਣੇ ਤੇ ਦੇਖ ਸਕਦੇ ਜੀ, ਦਿਖਾ ਦੋ ਜੀ ਚਵਾ ਫਿਰ ਇਹਦਾ। ਬਾਕੀ ਧਾਰ ਤੇ ਵੀ ਗਿੱਜੀ ਆ ਤੇ ਪਿਛਲੇ ਖਾਣਾ ਦਾ ਵੀ ਦਿਖਾ ਦੋ ਜੀ ਚਵਾ। ਠੀਕ ਹੈ ਜੀ ਠੀਕ ਹੈ ਜੀ। ਬਾਕੀ ਆ ਪਸੰਦ ਕੇ ਸਾਨੂੰ ਪੂਰੇ ਵਧੀਆ ਕਰ ਲੈਂਦੀ ਹੈ, ਇੱਕ ਵਾਰੀ ਫਿਰ ਕਹਿੰਦੇ ਤੋਰ ਕੇ ਦਿਖਾ ਦਈਏ। ਬਾਕੀ ਸੋਹਣੀ ਝੋਟੀ ਆ, ਥਾਣਾ ਜਿਹੜਾ ਪਸਮਾ ਕੇ ਪੂਰਾ ਵਧੀਆ ਕੱਢਦੀ ਆ। ਤੇ ਇਹਦਾ ਫਿਰ ਨੰਬਰਦਾਰ ਜੀ ਕਿੰਨਾ ਜੀ ਮੁੱਲ? ਇਹਦਾ ਮੁੱਲ ਤੇ ਬਰਫੀ ਤੇ ਮਤਲਬ ਲੱਖ ਵੀ ਕਰੀਏ ਤਾਂ ਠੀਕ ਆ। ਹਾਂਜੀ ਤੇ ਪਰ ਅਸੀਂ 90,000 ਦੀ 90,000 ਤੇ ਛੋਟ ਕਰਨੀ ਹੈ। ਅੱਛਾ 90 ਜੋ ਛੋਟ ਕਰ ਦੋਗੇ ਠੀਕ ਹੈ, ਰੇਟ ਉਹ ਪਾਉਣਾ ਜੋ ਲੈਣਾ ਹੈ ਜੀ ਮਤਲਬ। ਠੀਕ ਚਲੋ ਬਾਕੀ ਕੋ ਫੋਨ ਲਾਵੇ ਥੋੜਾ ਬਾਤ ਮਨ ਤਨ ਮੌਕੇ ਤੇ ਕਰੀ ਦੋਗੇ ਠੀਕ ਹੈ, ਤੇ ਬਾਕੀ ਕੋ ਵੀਰ ਇੱਕ ਵਾਰੀ ਫੋਨ ਲਾਵੇ ਜ਼ਰੂਰ। ਤੇ ਹੁਣ ਇੱਕ ਆ ਤਾਜ਼ੀ ਸੂਈ ਜੀ ਅੱਜ ਹੀ ਜੇ ਪੁੜੇ ਵੀ ਇਹਦੇ ਦੇਖ ਸਕਦੇ ਉਸ ਤਰ੍ਹਾਂ। ਤੇ ਇਹਦਾ ਬੱਚਾ ਅੱਜ ਦੇਖ ਸਕਦੇ ਤਾਜ਼ੇ ਨਾੜੂ ਜਿਹੜਾ ਬਿਲਕੁਲ ਗਿੱਲਾ ਨਾੜੂ ਨਾਲ ਆ। ਤੇ ਇਹ ਕਿੰਨੇ ਕੁ ਦੁੱਧ ਵਾਲੀ ਜੇ? ਇਹ ਦੁੱਧ 12-13 ਲੀਟਰ ਤੋਂ ਬੜੇ ਆਰਾਮ ਨਾਲ ਚਮੂਗੀ ਜੀ। ਅੱਛਾ ਹਾਂਜੀ ਠੀਕ ਆ। ਇਹਦਾ ਤੇ ਨਾ ਇਹ ਦੁਪਹਿਰੇ ਪਰੌਣੇ ਆਏ ਅੰਮ੍ਰਿਤਸਰ ਤੋਂ। ਅੱਛਾ ਉਹ ਬੋਲਾ ਉਹਨਾਂ ਨੂੰ ਚੋਤਾ 3 ਕਿਲੋ ਦਾ। ਅੱਛਾ ਹਾਂਜੀ ਠੀਕ ਆ, ਉਹਨਾਂ ਕਿੱਲ ਬਣਾਉਣੇ ਨੇ। ਹਾਂਜੀ ਇੱਥੇ ਚੱਡਾ ਨਹੀਂ ਦੇਦਾ ਮਤਲਬ ਠੀਕ ਆ। ਚਲੋ ਖੋਲੋ ਹਾਂ ਫਿਰ ਤੋਰ ਦਈਏ ਇਹਨਾਂ ਨੂੰ। ਹਾਂ ਖਾਣੇ ਦੇ ਵੀ ਦੇਖ ਸਕਦੇ ਮਿਲਕ ਮਹੀਨੇ ਦੀ ਵੀ ਚੰਗੀ ਲੱਗੀ ਆ। ਲੈ ਜਾ ਤੋਰ ਦਾ ਸਿੱਧੀ ਲੈ ਜਾ ਵੀ ਇੱਕ ਵਾਰੀ। ਬਾਕੀ ਹੁਣ ਚਵਾਈ ਹੋਈ ਆ ਇਹਦੀ, ਹਲਦੀ ਨਹੀਂ ਹੋਈ ਪੂਰੀ। ਤਾਜ਼ੀ ਸੂਈ ਆ ਅੱਜ ਹੀ ਸੂਈ ਆ ਜਿਹੜੀ। ਤੇ ਇਹਦਾ ਫਿਰ ਮੁੱਲ? ਮੁੱਲ ਇਹਦਾ ਬਰਫੀ ਤਾਂ ਮਤਲਬ
ਅੱਛਾ ਚਲੋ ਬਾਕੀ ਕੋ ਫੋਨ ਕਰੂਗਾ ਮਾਨ ਤਨ ਕਰ ਦੋਗੇ ਮੌਕੇ ਤੇ ਹਨਾ ਮਾਨ ਤਾਂ ਇਹ ਨਹੀਂ ਕੋਈ ਆਖੇ 60 ਦੀ ਚਲੋ ਥੋੜਾ ਪਤਾ ਹੁੰਦਾ ਜੀ ਲੈ ਜੀ ਪਾਏ ਅੱਗੇ ਤਾਂ ਜੀ ਉਹ ਜਨਮਾ ਨਹੀਂ ਪਾਏ ਜੀ ਮਤਲਬ ਹਾਂਜੀ ਹਾਂ ਜਾਣਾ ਹਾਂ ਜੀ ਹਾਂ ਜੀ ਥੋੜਾ ਪਤਾ ਉਨੀ ਕੀ ਦੇ ਫਰਕ ਕਰਨਾ ਹੀ ਪੈਂਦਾ ਮੌਕੇ ਤੇ ਤੁਹਾਨੂੰ ਪਤਾ ਕਿ ਬਿਲਕੁਲ ਜੇ ਪੱਥਰ ਤੇ ਲੀਕ ਮਾਰ ਦਈਏ ਤਾਂ ਫਿਰ ਉਹ ਵੀ ਨਹੀਂ ਵਪਾਰ ਚੱਲਦੇ ਥੋੜਾ ਪਤਾ ਤੇ ਕਰਨਾ ਪੈਂਦਾ ਪੱਥਰ ਤੇ ਲੀਕ ਕੋ ਮਾਰ ਰਿਹਾ ਕੋਈ ਸੱਜਣ ਆਊਗਾ ਦੂਰੋਂ ਨਿਡਾਉਣਾ ਉਹਨੇ ਕੋਈ ਨਹੀਂ ਉਹਦਾ ਮਾਨ ਤਾਂ ਪੂਰਾ ਕਰਾਂਗੇ ਜੀ ਮਤਲਬ ਹਾਂਜੀ 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 ਠੀਕ ਹੈ ਤੇ ਹੁਣ ਇਹ ਕਾਹ ਵੀ ਸੋਈ ਸਵਾਈ ਜੇ ਬਾਕੀ ਸਾਰਿਆਂ ਦੇ ਸਾਰੇ ਘਰਾਂ ਲੱਗੇ ਘਰ ਆ ਜੇ ਇੱਕ ਦੇ ਘਰੇ ਗਰਮੀ ਆ ਤੇ ਦੂਜੇ ਦੇ ਘਰੇ ਵੀ ਗਰਮੀ ਆ ਕਹਿਣ ਦਾ ਭਾਵ ਇਹ ਆ ਕਿ ਆਪਾਂ ਨੂੰ ਘਰਾਂ 'ਚ ਪਤਾ ਲੱਗ ਹੀ ਜਾਂਦਾ ਵੀ ਕਿਹੋ ਜਿਹਾ ਮੌਸਮ ਚੱਲਣ ਡਿਆ ਅਤੇ ਕਿਹੋ ਜਿਹਾ ਪਸ਼ੂ ਦੁੱਧ ਦਿੰਦਾ ਜੀ ਸਾਰਿਆਂ ਨੂੰ ਪਤਾ ਵੀ ਗਰਮੀ ਦੇ ਕਰਕੇ ਫਰਕ ਪਿਆ ਵਾ ਸਿੱਧੀ ਲਾ ਜਾਓ ਇੱਕ ਤੇ ਇਹਦਾ ਫਿਰ ਮੁੱਲ ਕੀ ਜੇ ਇਹਦਾ ਮੁੱਲ ਜਿਹੜਾ ਲੈਣਾ ਹੈ 65000 ਰੁਪਏ ਮੁੱਲ ਦਾ ਜੀ ਅੱਛਾ ਇਹਦਾ 65000 ਮੁੱਲ ਹੈ 65000 ਤੋਂ ਛੋਟ ਹੋਊਗੀ ਠੀਕ ਹੈ ਹਾਂਜੀ ਗੁਰਪ੍ਰੀਤ ਜੀ ਬਹੁਤ ਫਰੀਦਾ ਵਾ ਗਰਮੀ ਅੱਤ ਦੀ ਗਰਮੀ ਤਾਂ ਬਹੁਤ ਪੈਣ ਲਈ ਹੈ ਹਾਂਜੀ ਹਾਂਜੀ ਮਾਲ ਘਰਾਂ 'ਚ ਲੱਭਣ ਹੀ ਰਿਹਾ ਮਾਲ ਜੀ ਹਾਂਜੀ ਹਾਂਜੀ ਨਾ ਕੋਈ ਡੰਗਰ ਸੂਇਆ ਸਵਾਇਆ ਹੈ ਕੱਚੇ ਮਿਲਦੇ ਗੱਬਣ ਮਤਲਬ ਜਾਂ ਤਾਜ਼ੀ ਸੂਈ ਥੋੜ੍ਹੀ ਘੱਟ ਲੱਭਦੀ ਇਹਨਾਂ ਦਿਨਾਂ 'ਚ ਲੱਭਦਾ ਨਹੀਂ ਜੀ ਬੜੇ ਬੜੇ ਮਤਲਬ ਬੜੇ ਫੇਰੇ ਮਾਰਨੇ ਪੈਂਦੇ ਜਿਉਂ ਸਵੇਰ ਤੋਂ ਨਿਕਲੀਦਾ ਹਾਂਜੀ ਚਲੋ ਮਿਹਨਤੀ ਆ ਮਿਹਨਤ ਤਾਂ ਕਰਨੀ ਪੈਣੀ ਆ ਫਿਰ ਸਾਰਿਆਂ ਦੇ ਇਸ ਤਰ੍ਹਾਂ ਹੀ ਅਤੇ ਹੁਣ ਇੱਕ ਗਾਂ ਰਹਿ ਗਈ ਨਾ ਆਪਣੇ ਕੋਲ ਵੀ ਦਿਖਾ ਦਈਏ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ ਅੱਛਾ ਇਹਦੀ ਡੱਬੀ ਵੱਛੀ ਆ ਆਹ ਵਾਲੀ ਡੱਬੀ ਵੱਛੀ ਜੀ ਕਿੰਨੇ ਕੁ ਦਿਨਾਂ ਦੀ ਜੀ 14-15 ਦਿਨ ਹੋ ਗਏ ਤੇ ਦੁੱਧ ਕਿੰਨਾ ਤਿਆਰ ਹੈ ਦੇਖੋ ਦੁੱਧ ਤੇ ਪਹਿਲੇ 11-12 ਕਿਲੋ ਪਰ 10 ਕਿਲੋ ਗਰੰਟੀ ਹੁੰਦੀ ਨਹੀਂ 10 ਕਿਲੋ ਪੱਕਾ ਦੁੱਧ ਜਿਹੜਾ ਹੈਗਾ ਪੱਕਾ ਦੁੱਧ 10 ਕਿਲੋ ਜੀ ਤੋਰੋ ਫਿਰ ਇਹਨਾਂ ਨੂੰ ਬਾਕੀ ਗਾਵਾਂ ਦੋ ਵਾ ਅਤੇ ਦੋਵੇਂ ਗਰਮੀਆਂ ਗਰਮੀ ਝੱਲਣ ਵਾਲੀਆਂ ਗਰਮੀਆਂ 'ਚ ਚੋਣ ਵਾਲੀਆਂ ਵਾ ਅਤੇ ਬਾਕੀ ਮੱਝਾਂ ਵੀ ਸਾਰੀਆਂ ਸੂਈਆਂ ਸਵਾਈਆਂ ਵਾ ਅਤੇ ਇਹਦਾ ਅਤੇ ਇਹਦਾ ਫਿਰ ਮੁੱਲ ਇਹਦਾ ਮੁੱਲ 36000 ਰੁਪਈਆ ਜੀ 36000 ਆ ਛੋਟ ਛਾਟ ਵਿੱਚੋਂ ਕਰ ਦੋਗੇ ਹਾਂ ਛੋਟ ਹੋਊਗੀ ਠੀਕ ਹੈ ਜੀ 35 ਦੇ ਦਾਂਗੇ ਅੱਛਾ 35 ਦੀ ਦੇ ਦੋਗੇ ਅਤੇ ਠੀਕ ਹੈ ਫਿਰ ਹੋਰ ਕੁਛ ਕਹਿਣਾ ਫਿਰ ਬਾਕੀ ਇਹ ਕਿ ਕੋਈ ਇੱਥੋਂ ਤੁਹਾਡੇ ਘਰੋਂ ਚਵਾਈ ਕਰਕੇ ਤਸੱਲੀ ਕਰਕੇ ਵੇਸ ਚੱਕ ਕੇ ਫੇਰ ਹੀ ਖੜੇ ਹਨਾ ਕੋਈ ਵੀਰ ਆਪਣਾ 2 ਟਾਈਮ ਚੋਲੇ ਕੋਈ 3 ਟਾਈਮ ਚੋਲੇ ਅਤੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਸ ਚੱਕ ਕੇ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।